92.7 FM ਦੇ ਨਾਲ ਜੁੜ ਰਹਿਣ ਦੇ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਵੇਂ ਕਿ ਪ੍ਰੋਗਰਾਮ ਦੇ ਚੱਲਦੇ ਆ ਅੱਜ ਤੁਹਾਨੂੰ ਦੱਸਿਆ ਵੀ ਹੈ ਕਿ ਅਸੀਂ ਅੱਜ ਖਾਸ ਸਾਡੇ ਮਹਿਮਾਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਜਿਨ੍ਹਾਂ ਦੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਕਾਮੇਡੀ ਵਾਲੀ ਮੂਵੀ ਆਉਣ ਜਾ ਰਹੀ ਆ ਸਿੱਧੂਜ਼ ਆਫ ਸਾਊਥ ਹਾਲ ਔਰ ਇਸ ਮੂਵੀ ਦੇ ਵਿੱਚ ਕੰਮ ਕੀਤਾ ਸਰਗਨ ਮਹਿਤਾ ਜੀ ਨੇ ਤੁਹਾਡੇ ਸਾਰਿਆਂ ਦੇ ਫੇਵਰਟ ਔਰ ਨਾਲ ਦੀ ਨਾਲ ਜਿਨ੍ਹਾਂ ਦੀ ਤਸਵੀਰ ਦਿਮਾਗ ਦੇ ਵਿੱਚ ਬਣ ਜਾਂਦੀ ਆ ਔਰ ਉਹਨਾਂ ਦੇ ਨਾਲ ਅਜੇ ਸਰਕਾਰੀਆ ਜੀ ਨੇ ਵੀ ਕੰਮ ਕੀਤਾਗਾ ਸੋ ਅਸੀਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਨ ਜਾ ਰਹੇ ਆ ਸੋ ਸਭ ਤੋਂ ਪਹਿਲਾਂ ਮੈਂ ਔਨ 에ਅਰ ਕਰਾਂ ਸਰਗਨ ਮਹਿਤਾ ਜੀ ਨੂੰ ਸਰਗਨ ਜੀ ਤੁਸੀਂ ਔਨ ਦੀ 에ਅਰ ਹੋ ਜੀ ਵੈਲਕਮ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਰੇਡੀਓ ਧਮਾਲ ਦੇ ਸਰੋਤੇ ਤੁਹਾਨੂੰ ਸਨ ਰਏ ਨੇ ਔਰ ਉਹਨਾਂ ਦੇ ਵੱਲੋਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਔਰ ਇਸਤੇ ਨਾਲ ਅਜੇ ਸਰਕਾਰੀਆ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਅਜੇ ਜੀ ਸਭ ਤੋਂ ਪਹਿਲਾਂ ਤੇ ਮੇਰਾ ਇੱਕ ਦਿਮਾਗ ਦੇ ਵਿੱਚ ਸਵਾਲ ਆਇਆ ਮੈਂ ਕਿਹਾ ਵੀ ਭਾਵੇਂ ਆਮ ਆਦਮੀ ਦੀ ਸਰਕਾਰ ਆ ਜਾਏ ਭਾਵੇਂ ਕੈਪਟਨ ਸਾਹਿਬ ਦੀ ਸਰਕਾਰ ਆ ਜਾਏ ਭਾਵੇਂ ਕਾਲੀ ਦਲ ਦੀ ਸਰਕਾਰ ਆ ਜਾਏ ਤੁਹਾਨੂੰ ਤੇ ਕੋਈ ਟੈਨਸ਼ਨ ਨਹੀਂ ਤੁਸੀਂ ਤੇ ਖੁਦ ਹੀ ਸਰਕਾਰ ਦੇ ਨਾਲ ਨਾਮ ਤੁਹਾਡਾ ਜੁੜਦਾਗਾ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਜਿੱਦੀ ਮਰਜ਼ੀ ਸਰਕਾਰ ਆਵੇ ਕਿਉਂਕਿ ਅਜੇ ਤੇ ਪਹਿਲੇ ਸਰਕਾਰੀ ਆਲੇ ਮੈਂ ਤਾਂ ਹੀ ਸੋਚਦਾ ਸੀ ਮੈਂ ਕਿਹਾ ਵੀ ਸਰਕਾਰ ਦੇ ਨਾਲ ਡੂੰਗੇ ਹੱਥ ਹੋਣਗੇ ਤਾਂ ਹੀ ਕਰਦੇ ਆਣੇ ਨਾਮ ਰੱਖਿਆ ਵੀ ਅਸੀਂ ਨਾਮ ਹੀ ਸਰਕਾਰੀਆ ਰੱਖ ਦੇਣਾਗਾ ਸਾਰੇ ਜਿਹਨੇ ਕੰਮਾਂਗੇ ਉਹ ਸੌਖੇ ਹੋ ਜਾ ਕਰਨਗੇ ਅਜੇ ਜੀ ਦੇ ਔਰ ਬਿਲਕੁਲ ਸਭ ਤੋਂ ਪਹਿਲਾਂ ਸਰਗਨ ਜੀ ਅਜੇ ਜੀ ਤੁਹਾਨੂੰ ਇਸ ਮੂਵੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ ਤੁਹਾਨੂੰ ਜੋ ਤੁਹਾਡੀ ਮੂਵੀ ਆਉਣ ਵਾਲੇ ਹਫਤੇ ਸਾਡੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਤੁਹਾਨੂੰ ਮੁਬਾਰਕਬਾਦ ਥੈਂਕ ਯੂ ਜੀ ਔਰ ਸਰਗਨ ਜੀ ਜਿੰਨੇ ਵਾਰੀ ਵੀ ਤੁਹਾਨੂੰ ਦੇਖੀਦਾਗਾ ਇੱਕ ਦਿਮਾਗ ਦੇ ਵਿੱਚ ਤਸਵੀਰ ਬਣਦੀ ਹੈ ਕਿ ਸਰਗਨ ਜੀ ਪਤਾ ਨਹੀਂ ਕਿੰਨੇ ਕਿ ਗੁੱਸੇ ਵਾਲੇ ਹੋਣਗੇ ਤੇ ਪਰ ਇਹ ਜਿਹੜੀ ਮੂਵੀ ਆ ਇਸ ਦੇ ਵਿੱਚ ਤੁਸੀਂ ਕਾਮੇਡੀ ਕਰਦੇ ਦਿਖਾਈ ਨਜ਼ਰ ਆਉਗੇ ਬਿਲਕੁਲ ਜੀ ਪਰ ਮੈਨੂੰ ਦੇਖ ਕੇ ਕਦੋਂ ਤੁਹਾਨੂੰ ਤੁਹਾਨੂੰ ਲੱਗਿਆ ਕਿ ਮੈਂ ਗੁੱਸੇ ਵਾਲੀ ਆ ਮੈਨੂੰ ਤਾਂ ਅਜ ਤੱਕ ਤਨੇ ਆ ਗਨ ਇੱਕ ਹੀ ਜਦੋਂ 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 ਤੁਸੀਂ ਜਦੋਂ ਤੁਸੀਂ ਅਮਰਿੰਦਰ ਵੀਰੇ ਦੇ ਸਹਰਾਣੇ ਦੁੱਧ ਦਾ ਗਲਾਸ ਡੋਲਿਆ ਸੀ ਨਾ ਉਦੋਂ ਤੋਂ ਮੈਨੂੰ ਤੁਸੀਂ ਗੁੱਸੇ ਵਾਲੇ ਲੱਗਣ ਲੱਗੇ ਨਹੀਂ ਨਹੀਂ ਜੀ ਮੈਂ ਵੈਸੇ ਤਾਂ ਗੁੱਸੇ ਵਾਲੀ ਨਹੀਂ ਹਾਂ ਬਟ ਮੈਨੂੰ ਹਾਸਿਆਂ ਖੇਡੀਆਂ ਦਾ ਸ਼ੌਂਕ ਬਹੁਤ ਆ ਜਿਵੇਂ ਐਮੀ ਵਰਕ ਨੂੰ ਸੀਗਾ ਅੰਗਰੇਜ਼ ਚ ਤੇ ਉਵੇਂ ਦੀ ਆਪਾਂ ਫਿਲਮ ਲੈ ਕੇ ਆ ਰਹੇ ਹਾਸਿਆਂ ਖੇਡੀਆਂ ਵਾਲੀ ਜੀ ਕਾਮੇਡੀ ਫਿਲਮ ਆ ਜੀ ਹੈ ਨਾ ਫੈਮਿਲੀ ਫਿਲਮ ਆ ਲਾਈਟ ਹਾਰਟਿਡ ਜੀ ਫਿਲਮ ਆ ਬਹੁਤਾ ਸੋਚਣ ਸੋਚਣ ਦੀ ਲੋੜ ਨਹੀਂ ਉਵੇਂ ਟਾਈਪ ਦੀ ਫਿਲਮ ਆ हां मतलब अपना अपने आप नु रिलैक्स करना करना ता एहे मूवी देखो हसे वाली मूवी है बिल्कुल जी पूरा टाइम इने स्ट्रेस छ ही ਰਹਿੰਦੇ ਆਪਾਂ ਹੂੰ 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 ਮੇਰੇ ਤੋਂ ਤਾਂ ਉੱਚਾ ਹੈ ਨਾ ਸਟ्रेस ਘਟਾਉਣ ਦਾ ਬੈਸਟ ਤਰੀਕਾ ਹੈ ਕਾਮੇਡੀ ਫਿਲਮ ਦੇਖਣਾ ਹੂੰ ਹੂੰ ਸੋ ਆਈ ਪ੍ਰਿਫਰ ਆਈ ਬੇਸਿਕਲੀ ਮੈਂ ਬਹੁਤ ਇੰਜੋਏ ਕਰਤੀ ਆ ਇਹੋ ਜਿਹੀਆਂ ਫਿਲਮਾਂ ਦੇਖਣਾ ਤਾਂ ਕਰਕੇ ਆਪਾਂ ਇਹੋ ਜਿਹੀ ਫਿਲਮ ਲੈ ਕੇ ਆ ਰਹੇ ਆ ਵੈਰੀ ਗੁੱਡ ਜੀ ਔਰ ਅਜੇ ਜੀ ਤੁਸੀਂ ਪਹਿਲਾਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੇ ਮੇਰੇ ਖਿਆਲੇ ਤੁਹਾਡੀ ਤੀਸਰੀ ਫਿਲਮ ਹੈ ਹਾਂਜੀ ਸਰ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਰ ਐਤਕੀ ਮੈਂ ਜਿੰਨੀ ਵੀ ਸਟਾਰ ਕਾਸਟ ਫਿਲਮ ਦੇ ਉਹਨਾਂ ਨਾਲ ਪਹਿਲੀ ਵਾਰ ਹੀ ਕੰਮ ਕਰ ਰਿਹਾ ਹਾਂ ਹਾਂਜੀ ਤੇ ਇੰਨੇ ਸਾਰੇ ਸੀਨੀਅਰਸ ਨਾਲ ਕੰਮ ਕਰਨਾ ਤਾਂ ਆਪਣੇ ਆਪ 'ਚ ਇੱਕ ਐਕਟਿੰਗ ਸਕੂਲ 'ਚ ਲਰਨਿੰਗ ਹੋ ਜਾਂਦੀ ਹੈ ਹਮਮ ਤੇ ਬਹੁਤ ਵਧੀਆ ਐਕਸਪੀਰੀਅੰਸ ਤੇ ਬਹੁਤ ਸੋਹਣੀਆਂ ਮੈਮਰੀਜ਼ ਲੈ ਕੇ ਜਾ ਰਿਹਾ ਹਾਂ ਜੀ ਫਿਲਮ ਤੋਂ ਔਰ ਜਿਹੜੀ ਤੁਹਾਡੀ ਮਗਰਲੀ ਮੂਵੀ ਸੀ ਮੇਰੇ ਖਿਆਲ ਸੋਨਮ ਬਾਜਵਾ ਜੀ ਨਾਲ ਸੀ ਹਾਂਜੀ ਜਿੰਦਮਾਹੀ ਜਿੰਦਮਾਹੀ ਔਰ ਜਿੰਦਮਾਹੀ ਮੂਵੀ ਦੇ ਵਿੱਚ ਤੁਸੀਂ ਸੋਨਮ ਬਾਜਵਾਜੀ ਨਾਲ ਕੰਮ ਕੀਤਾ ਤੇ ਇਸ ਮੂਵੀ ਦੇ ਵਿੱਚ ਸਰਗਨ ਮਹਿਤਾਜੀ ਨਾਲ ਕੰਮ ਕੀਤਾ ਦੋਨਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਿਆ ਵੀ ਕੌਣ ਜ਼ਿਆਦਾ ਛਰਾਰਤੀ ਹੈ ਤੇ ਕਿਹਦੇ ਨਾਲ ਸੌਖਾ ਲੱਗਿਆ ਕੰਮ ਕਰਕੇ ਸੌਖੇ ਵਾਲੀ ਦੇਖੋ ਗੱਲ ਦੋਵੇਂ ਇੰਨੇ ਪ੍ਰੋਫੈਸ਼ਨਲ ਐ ਕਿ ਤੁਹਾਨੂੰ ਇਦਾਂ ਫੀਲ ਨਹੀਂ ਹੁੰਦਾ ਕਿ ਤੁਸੀਂ ਨਿਊ ਕਮਰ ਹੋ ਹਮਮ ਤੇ ਬਹੁਤ ਜਿਵੇਂ ਇਹਨੇ ਜਿਹੜਾ ਬੰਦਾ ਪ੍ਰੋਫੈਸ਼ਨਲ ਹੁੰਦਾ ਤੇ ਬਹੁਤ ਸਖੋ ਇਹਨੋ ਨਾ ਕੰਮ ਕਰਨਾ ਤੇ ਬੜੇ ਹੀ ਅੰਡਰਸਟੈਂਡਿੰਗ ਐਕਟਰਸ ਇਹਨੂੰ ਨੇ ਠੀਕ ਹੈ ਜੀ ਠੀਕ ਹੈ ਜੀ ਔਰ ਇਸ ਮੂਵੀ ਦੀ ਜਿਹੜੀ ਸ਼ੂਟਿੰਗ ਆ ਇਹ ਕਿੱਥੇ ਹੋਈ ਆ ਆਪਣੇ ਪੰਜਾਬ ਦੇ ਵਿੱਚ ਹੀ ਹੋਈ ਆ ਜਾਂ ਬਾਹਰ ਹੋਈ ਆ ਨਹੀਂ ਸਾਰੀ ਇੰਗਲੈਂਡ ਹੋਈ ਹੈ ਜੀ ਸਾਰੀ ਦੀ ਸਾਰੀ ਹਾਂਜੀ ਠੀਕ ਅ ਸਰਗਨ ਜੀ ਬੜੇ ਸਾਰੇ ਡਾਇਲੋਗ ਮੈਂ ਟ੍ਰੇਲਰ ਦੇ ਵਿੱਚ ਦੇਖਦਾ ਸੀ ਬੜਾ ਉਹਨਾਂ ਦੇ ਵਿੱਚੋਂ ਹਾਸਾ ਵੀ ਆਉਂਦਾ ਘੜੀ ਦੀ ਟਿਕ ਟਿਕ ਜਦੋਂ ਸੁਣ ਰਹੇ ਹੁੰਦੇ ਆ ਕਹਿੰਦੇ ਕਿ ਨਬਜ ਤੇ ਬੜੀ ਟਿਕ ਟਿਕ ਘੜੀ ਵਾਂਗੂ ਚੱਲ ਰਹੀ ਆ ਤੇ ਤੁਹਾਡਾ ਇੱਕ ਉੱਥੇ ਡਾਇਲੋਗ ਸੀ ਇਸ ਤੋਂ ਬਿਨਾ ਹੋਰ ਬੜੇ ਸਾਰੇ ਐਸੇ ਡਾਇਲੋਗ ਹੋਣਗੇ ਜਿਹੜੇ ਤੁਹਾਡੇ ਨੇੜੇ ਹੋਣਗੇ ਇਸ ਫਿਲਮ ਦੇ ਵਿੱਚੋਂ ਕੋਈ ਯਾਦ ਹੋਵੇ ਤੇ ਮੈਨੂੰ ਜ਼ਰੂਰ ਦੱਸਿਓ ਜੀ ਅ ਜਿਹੜੇ ਤੁਹਾਨੂੰ ਐਕਚੁਅਲੀ ਟ੍ਰੇਲਰ 'ਚ ਦੇਖਿਆ ਨਾ ਮੈਂ ਉਹੀ ਤੁਹਾਨੂੰ ਦੱਸ ਸਕਦੀ ਆ ਹਾਂਜੀ ਬਟ ਜਿਹੜੇ ਤੁਸੀਂ ਚੀਜ਼ਾਂ ਨਹੀਂ ਦੇਖਿਆ ਇੱਕ ਨਾ ਬੀ ਐਨ ਸ਼ਰਮਾ ਜੀ ਨੇ ਬਹੁਤ ਵਧੀਆ ਡਾਂਸ ਕੀਤਾ ਜੋ ਤੁਸੀਂ ਮਿਸ ਕਰ ਦਿੰਦੇ ਕਿਉਂਕਿ ਆਪਾਂ ਉਹਨਾਂ ਨੂੰ ਉੱਥੇ ਦੇਖ ਤੇ ਇੱਕ ਬਹੁਤ ਹੱਸਦੇ ਆ ਅੱਛਾ ਜੀ ਆਪਾਂ ਸੈੱਟ ਤੇ ਉਹਨੂੰ ਦੇਖ ਤੇ ਇੱਕ ਬਹੁਤ ਹੱਸਦੇ ਆ ਐਕਚੁਅਲੀ ਬੀ ਐਨ ਜੀ ਨੱਚਦੇ ਨਹੀਂ ਉਹ ਪਹਿਲੀ ਵਾਰੀ ਨੱਚੇ ਤਾਂ ਉਹ ਬਹੁਤ ਫਨੀ ਸੀਗਾ ਸਾਡੇ ਲਈ ਹੂੰ ਹਾਂ ਅਜੇ ਜੀ ਤੁਹਾਡੇ ਲਈ ਕਿਹੜਾ ਜਿਹੜਾ ਤੁਹਾਡਾ ਫੇਵਰਿਟ ਡਾਇਲੋਗ ਇਸ ਮੂਵੀ ਦਾ ਸਰ ਡਾਇਲੋਗ ਤਾਂ ਬਹੁਤ ਜ਼ਿਆਦਾ ਵਧੀਆ ਹੈ ਮੂਵੀ 'ਚ ਮੇਰਾ ਮੇਰਾ ਤਾਂ ਫੇਵਰਿਟ ਪਰਸਨ ਫੇਵਰਿਟ ਸਰਗੁੰਦਾ ਹੀ ਹੈ ਜਿਹੜਾ ਉਹ ਤਾਰਾ ਤਾਰਾ ਰਾਰਾ ਵਾਲਾ हां तारा रारा होजुगी हां जी बिल्कुल 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 जी और इस मूवी ਦੇ ਵਿੱਚ ਤੁਸੀਂ ਪਾਕਿਸਤਾਨੀ ਐਕਟਰਸ ਦੇ ਨਾਲ ਵੀ ਕੰਮ ਕੀਤਾਗਾ ਕਿਵੇਂ ਦਾ ਤਜਰਬਾ ਰਹਿੰਦਾਗਾ ਉਹਨਾਂ ਨਾਲ ਕੰਮ ਕਰਕੇ ਉਹਨਾਂ ਦੀ ਪੰਜਾਬੀ ਬੜੀ ਇੱਕ ਪਿਆਰੀ ਬੋਲੀ ਉਹ ਬੋਲਦੇ ਆ ਕਿਵੇਂ ਦਾ ਲੱਗਿਆ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਬਿਲਕੁਲ ਸਰ ਬਿਲਕੁਲ ਉਹਨਾਂ ਦੀ ਪੰਜਾਬੀ ਦੇ ਵਿੱਚ ਕਈ ਉਰਦੂ ਦਾ ਰਹਿਜਾ ਵੀ ਆ ਜਾਂਦਾ ਹੈ ਤੇ ਉਹ ਬਹੁਤ ਹੀ ਵਧੀਆ ਉਹਨਾਂ ਨਾਲ ਗੱਲ ਕਰਕੇ ਵੀ ਬਹੁਤ ਵਧੀਆ ਲੱਗਦਾ ਮੈਨੂੰ ਉਥੋਂ ਦੀ ਬੋਲੀ ਬੜੀ ਪਸੰਦ ਹੈ ਹਾਂਜੀ ਸਿਮਿਲਰ ਹੁੰਦੇ ਹੋਏ ਵੀ ਡਿਸਿਮਿਲਰ ਤੇ ਬਹੁਤ ਵਧੀਆ ਐਕਸਪੀਰੀਅੰਸ ਹੁੰਨਾ ਹੈ ਬਹੁਤ ਚੰਗੀ એનર્ਜੀ ਨਾਲ ਸੈਟ ਤੇ ਆਉਂਦੇ ਹੂੰ ਸਰਗਨ ਜੀ ਮੈਂ ਦੇਖਦਾ ਸੀਗਾ ਕਿ ਤੁਸੀਂ ਕਿਸੇ ਟਾਈਮ ਕ੍ਰਾਈਮ ਪੈਟਰੋਲ ਦੇ ਵਿੱਚ ਵੀ ਕੰਮ ਕਰਦੇ ਸੀ ਇਹ ਗੱਲ ਸਹੀ ਹੈ ਹਾਂਜੀ ਹਾਂਜੀ ਮੈਂ ਕੀਤਾ ਜੀ ਇੱਕ ਐਪੀਸੋਡ ਕੀਤਾ ਮੈਂ ਕਾਇਮ ਪੈਟਰੋਲ ਦਾ ਇਹ ਸਾਰਾ ਕੁਝ ਉੱਥੋਂ ਹੀ ਸਿੱਖਿਆ ਸੀਗਾ ਵੀ ਲਾਸ਼ ਨੂੰ ਟਿਕਾਣੇ ਕਿਵੇਂ ਲਾਉਣਾ ਹਾਂਜੀ ਮੈਨੂੰ ਲੱਗਦਾ ਉਹੀ ਐਕਸਪੀਰੀਅੰਸ ਕੰਮ ਆਇਆ ਮੇਰਾ ਠੀਕ ਹੈ ਜੀ ਔਰ ਦੋਸਤੋ ਮੈਂ ਤੁਹਾਨੂੰ ਦੱਸਦੇ ਵਾਂ ਇਸ ਮੂਵੀ ਦਾ ਤੁਸੀਂ ਟ੍ਰੇਲਰ ਦੇਖਿਆਗਾ ਔਰ ਸੁਣਿਆ ਵੀ ਹੈਗਾ ਮੈਂ ਤੁਹਾਨੂੰ ਰੇਡੀਓ ਦੇ ਉੱਤੇ ਅਸੀਂ ਹਰ ਰੋਜ਼ ਸੁਣਾਉਨੇ ਵੀ ਆ ਇਸ ਮੂਵੀ ਦੇ ਵਿੱਚ ਇੱਕ ਬੜਾ ਵੱਡਾ ਪੰਗਾ ਪੈ ਜਾਂਦਾਗਾ ਸਾਰੀ ਟੀਮ ਨੂੰ ਜਿਸ ਦੇ ਵਿੱਚ ਇੱਕ ਲਾਸ਼ ਹੁੰਦੀ ਆ ਔਰ ਉਸ ਨੂੰ ਟਿਕਾਣੇ ਲਾਉਣ ਦੀ ਸਮਝ ਨਹੀਂ ਆਉਂਦੀ ਵੀ ਕਿਵੇਂ ਲਾਈਏ ਔਰ ਲਾਸ਼ ਨਾਲ ਇੰਨਾ ਮੋਹ ਪੈ ਜਾਂਦਾ ਕਿ ਉਹ ਲਾਸ਼ ਖਹਿੜਾ ਨਹੀਂ ਛੱਡਦੀ ਸਰਗਨ ਮਹਿਤਾ ਜੀ ਦਾ ਸਹੀ ਗੱਲ ਆ ਸਰਗਨ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ লাশ ਵੀ ਸਾਡੀ ਕੋਈ ਇਹੋ ਜੀ ਛੋਟੀ ਮੋਟੀ লাশ ਨਹੀਂ ਹਾਂਜੀ ਆਪਾਂ লাশ ਹੀ ਵੱਡੇ ਲੈਵਲ ਦੀ ਲੈ ਕੇ ਆਇਆ ਪ੍ਰਿੰਸ ਕਨਵਲਜੀਤ ਜੀ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਨਾ ਮੈਂ ਉਹਨਾਂ ਦੇ ਨਾਲ ਮਜ਼ਾਕ ਕਰਦੇ ਆ ਮੈਂ ਕਿ ਆਪਾਂ ਪਪੇ ਦਾ ਬਦਲਾ ਲੈ ਲਿਆ ਵਾਰਨਿੰਗ ਦਾ ਹਾਂ ਉੱਥੇ ਤੁਹਾਨੂੰ ਇੰਨੇ ਬੰਦੇ ਮਾਰਨ ਨੂੰ ਫਿਰਦੇ ਇੱਥੇ ਤੁਹਾਨੂੰ ਇੱਕ ਕੁੜੀ ਨੇ ਮਾਰਤਾ ਸਹੀ ਗੱਲ ਠੀਕ ਗੱਲ ਤੋ ਪ੍ਰਿੰਸ ਵੀਰ ਜੀ ਬੜੇ ਇੱਕ ਕਮਾਲ ਦੇ ਐਕਟਰ ਇੱਕ ਨੇਚਰਲੀ ਜਿਹੜੇ ਨਾ ਮਤਲਬ ਤੁਰੇ ਫਿਰਦੇ ਵੀ ਉਹ ਕੁਝ ਬੋਲਦੇ ਨੇ ਐਵੇਂ ਲੱਗਦਾ ਕਿ ਇਹ ਇਹ ਸੀਨ ਹੀ ਸ਼ੂਟ ਹੋ ਕੇ ਡਿਆ ਤੇ ਇੱਕ ਮੈਨੂੰ ਦੱਸਿਓ ਜੀ ਇਸ ਮੂਵੀ ਦੀ ਜਿਹੜਾ ਖਾਸ ਚੀਜ਼ ਤੁਹਾਨੂੰ ਅਜੇ ਜੀ ਲੱਗੀ ਹੋਵੇ ਬਾਕੀ ਮੂਵੀਜ਼ ਨਾਲੋਂ ਮੇਰੇ ਖਿਆਲੇ ਤੁਹਾਡੀ ਪਹਿਲੀ ਕਾਮੇਡੀ ਮੂਵੀ ਹੋਵੇਗੀ ਹਾਂਜੀ ਆਊਟ ਐਂਡ ਆਊਟ ਕਾਮੇਡੀ ਤੇ ਸਰ ਹਾਂਜੀ ਬਿਲਕੁਲ ਪਹਿਲੀ ਹੈ ਹਰ ਕਾਮੇਡੀ ਫਿਲਮ ਜਿਵੇਂ ਡਿਫਰ ਕਰਦੀ ਹੈ ਸਿਚੁਏਸ਼ਨਸ ਤੋਂ ਤਾਂ ਸਾਡੀ ਬਿਲਕੁਲ ਅਲੱਗ ਤਰ੍ਹਾਂ ਦੀ ਸਿਚੁਏਸ਼ਨ ਹੈ ਬਿਕੋਜ਼ ਸਿਮਿਲਰ ਸਿਚੁਏਸ਼ਨਸ ਨਾਲ ਤੁਸੀਂ ਫਨੀ ਨਹੀਂ ਹੋ ਸਕਦੇ ਤੇ ਮੈਨੂੰ ਆ ਸਾਰੇ ਵੱਡੇ ਐਕਟਰਸ ਜਿਵੇਂ ਬੀ ਐਨ ਸ਼ਰਮਾ ਸਾਹਿਬ ਇਫਤਖਾਰ ਭਾਜੀ ਸਰਗੁਨ ਆਫਕੋਰਸ ਜਿੰਨਾ ਫਸਟ ਟਾਈਮ ਮੈਂ ਕੰਮ ਕਰ ਰਿਹਾ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਇਹਨਾਂ ਨੂੰ ਲਾਈਵ ਪਰਫਾਰਮ ਕਰਦੇ ਦੇਖਣਾ ਬਹੁਤ ਵੱਡੀ ਗੱਲ ਹੈ ਐਂਡ ਬਹੁਤ ਕੁਝ ਸਿੱਖ ਕੇ ਜਾ ਰਹੇ ਹਾਂ ਸਰ ਆ ਫਿਲਮ ਤੋਂ ਔਰ ਅਜੀ ਜੀ ਇਸ ਤੋਂ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਕੋਈ ਗੱਲਬਾਤ ਕਰਨੀ ਚਾਹਉ ਤੇ ਤੁਸੀਂ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗ ਰਿਹਾ ਕਿ ਤੁਸੀਂ ਹੁਣ ਵੀ ਬੜੇ ਬਿਜ਼ੀ ਹੈਗੇ ਹੋ ਔਰ ਖਾਸ ਕਰਕੇ ਜਦੋਂ ਮੂਵੀ ਰਿਲੀਜ਼ ਹੋਣੀ ਹੁੰਦੀ ਹੈ ਤੇ ਪ੍ਰੋਮੋਸ਼ਨਸ ਤੇ ਬੜਾ ਜ਼ੋਰ ਦਿੱਤਾ ਜਾਂਦਾਗਾ ਸੋ ਇਸ ਦੇ ਨਾਲ ਨਾਲ ਕੋਈ ਹੋਰ ਵੀ ਤੁਸੀਂ ਪ੍ਰੋਜੈਕਟ ਛੇੜਿਆ ਹੋਇਆ ਜੀ ਜੀ ਸਰ ਇੱਕ ਮੇਰੀ 1 ਅਗਸਤ ਤੋਂ ਸਤੰਬਰ ਚ ਆਉਗੀ ਮੂਵੀ ਰੱਬ ਦੀ ਮੇਰ ਨਾ ਉਹਦਾ ਅੱਛਾ ਜੀ ਤੇ ਕੀ ਧਾਰਾ ਧਿਆਨ ਹੈ ਇਸ ਟਾਈਮ ਦਾ ਸਿੱਧੂ ਦਾ ਸੌਥ ਹੌਲ ਤੇ ਹੈ ਠੀਕ ਹੈ ਜੀ ਸਰਗਨ ਜੀ ਤੁਹਾਡੇ ਨਾਲ ਵੀ ਜ਼ਰੂਰ ਗੱਲਬਾਤ ਸਾਂਝੀ ਕਰਨਾ ਚਾਹਾਂਗਾ ਕਿ ਤੁਸੀਂ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਤੇ ਉੱਤੇ ਕੰਮ ਕਰ ਰਹੇ ਹੋ ਜੀ ਅਕਟੂਬਰ ਚ ਆਉਣ ਵਾਲੀਆ ਜੱਟ ਨੂੰ ਚੜੇਲ ਟੱਕਰੀ ਅੱਛਾ ਜੀ ਮੈਂ ਤੇ ਗਿੱਪੀ ਗਰੇਵਾਲ ਫਿਰ ਆਪਾਂ ਉਦੋਂ ਗੱਲਾਂ ਕਰਾਂਗੇ ਜੱਟ ਨੂੰ ਚੜੇਲ ਟੱਕਰੀ ਜੀ ਠੀਕ ਹੈ ਜੀ ਨਾਮ ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਲਿਆਉਣੇ ਤੁਸੀਂ ਔਰ ਇਸ ਇਸ ਮੂਵੀ ਦੇ ਨਾਮ ਦੇ ਉੱਤੇ ਮੈਂ ਜਰੂਰ ਗੱਲਬਾਤ ਕਰਨਾ ਚਾਹਾਂਗਾ ਇਹ ਇਸ ਮੂਵੀ ਦੇ ਵਿੱਚ ਇਕੱਲੇ ਸਿੱਧੂ ਦਾ ਨਾਮ ਕਿਉਂ ਲਿਆ ਆ ਜਿਹੜਾ ਪਰਿਵਾਰ ਆ ਹਮਮ ਸਿੱਧੂ ਪਰਿਵਾਰ ਜਿਹਦੇ ਤੋਂ ਸਾਰੀਆਂ ਗਲਤੀਆਂ ਹੁੰਦੀਆਂ ਜਿਹੜੇ ਇੱਕ ਗਲਤੀ ਤੋਂ ਉੱਤੇ ਦੂਜੀ ਗਲਤ ਗੱਲ ਕਰਦੇ ਆ ਅੱਛਾ ਜੀ ਐਸੇ ਕਰਕੇ ਆਪਾਂ ਫਿਲਮ ਦਾ ਨਾਮ ਸਿੱਧੂਜ਼ ਆਫ ਸਾਊਥ ਹਾਲ ਰੱਖਿਆ ਕਿਉਂਕਿ ਉਹ ਉਸ ਪਰਿਵਾਰ ਦੀ ਕਹਾਣੀ ਆ ਕਿਉਂਕਿ ਵੀ ਇੱਕ ਚੰਗੀ ਕੀਜ਼ ਨੂੰ ਵੀ ਇੱਕ ਵਧੀਆ ਕੰਮ ਨੂੰ ਵੀ ਕਿੰਨੀ ਬੁਰੀ ਤਰ੍ਹਾਂ ਕਰ ਸਕਦਾ ਹੈ ਉਹ ਤੁਹਾਨੂੰ ਆਪਾਂ 19 ਮਈ ਨੂੰ ਦਿਖਾਵਾਂਗੇ। ਅੱਛਾ ਵਧੀਆ ਕੰਮ ਕਿਹੜਾ ਹੁੰਦਾ ਕਿਸੇ ਨੂੰ ਮਾਰ ਦੇਣਾ ਵਧੀਆ ਕੰਮ? ਵਿਆਹ ਵਿਆਹ ਤੇ ਗਏ ਆਪਾਂ ਵਿਆਹ ਦੀ ਵੈਡਿੰਗ ਪਲੈਨਿੰਗ ਨਹੀਂ ਹੋਈ ਆਪਾਂ ਸਾਡੇ ਤੋਂ। ਇੱਕ ਛੋਟਾ ਜਿਹਾ ਕੰਮ ਨਹੀਂ ਹੋਣਾ ਸਾਡੇ ਤੋਂ ਵਿਆਹ 'ਚ। ਹਮਮ ਔਰ ਇਸ ਮੂਵੀ ਨੂੰ ਤੁਸੀਂ ਸ਼ੂਟ ਕਰਨ ਤੇ ਕਿੰਨਾ ਸਮਾਂ ਲੱਗਿਆ ਸਰਗੁਨ ਜੀ? ਸਾਨੂੰ ਡੇਢ ਕੋ ਮਹੀਨਾ ਲੱਗਿਆ ਜੀ। ਹਮਮ ਆ ਆਪਾਂ ਅਪਰੋਕਸੀਮੇਟਲੀ ਆਪਾਂ ਇੱਕੋ ਹੀ ਦੋ ਸ਼ੂਟ ਕੀਤਾ ਆਪਾਂ ਠੀਕ ਹੈ ਜੀ ਦੋ ਸਕੈਡਿਊਲ ਠੀਕ ਹੈ ਜੀ ਔਰ ਬਹੁਤ ਸਾਰੀਆਂ ਮੂਵੀਜ਼ ਤੁਹਾਨੂੰ ਪਤਾ ਗਿਆ ਆਉਂਦੀਆਂ ਨੇ ਉਹਨਾਂ ਦੇ ਵਿੱਚ ਕਈ ੜਿੱਕੇ ਵੀ ਲੱਗ ਜਾਂਦੇ ਆ ਤੇ ਸਾਨੂੰ ਕਈ ਵਾਰ ਇੰਟਰਵਿਊ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਇਹ ਮੂਵੀ ਤਾਂ ਸਾਲ ਪਹਿਲਾਂ ਸ਼ੂਟ ਹੋ ਗਈ ਸੀ ਦੋ ਸਾਲ ਪਹਿਲਾਂ ਸ਼ੂਟ ਹੋ ਗਈ ਸੀ ਕੋਈ ਇਹੋ ਜੀ ਤੁਹਾਡੇ ਨਾਲ ਵੀ ਗੱਲਬਾਤ ਹੋਈ ਜਾਂ ਅਜੇ ਸਰਕਾਰੀ ਜੀ ਨੇ ਸੰਭਲਿਆ ਸੀ ਨਹੀਂ ਜੀ ਆ ਫਿਲਮ ਪਿਛਲੇ ਸਾਲ ਸ਼ੂਟ ਹੋਈ ਤੇ ਇਸ ਸਾਲ ਰਿਲੀਜ਼ ਹੋ ਰਹੀ ਹੈ ਠੀਕ ਹੈ ਜੀ ਚਲੋ ਪਰਮਾਤਮਾ ਦੀ ਬੜੀ ਕਿਰਪਾ ਇਸ ਗੱਲ ਦੇ ਵਿੱਚ ਔਰ ਸਾਰੀ ਹੀ ਵਾਈਟ ਹੈਲ ਦੀ ਟੀਮ ਨੂੰ ਮੈਂ ਮੁਬਾਰਕਬਾਦ ਆਖਾਂ ਜਿਨ੍ਹਾਂ ਨੇ ਪੂਰੇ ਕੈਨੇਡਾ ਦੇ ਵਿੱਚ ਇਸ ਫਿਲਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਸ ਫਿਲਮ ਦੇ ਨਾਲ ਧਮਾਲਾਂ ਪਾਉਣੀਆਂ ਨੇ ਲੋਕਾਂ ਨੂੰ ਹਸਾਉਣਾ ਹੈ ਲੋਕਾਂ ਨੂੰ ਟੈਨਸ਼ਨਾਂ ਤੋਂ ਬਚਾਉਣਾ ਹੈ ਔਰ ਉਹਨਾਂ ਨੂੰ ਰਿਲੈਕਸ ਕਰਨਾ ਹੈ ਸੋ ਇਹ ਮੂਵੀ ਦੋਸਤੋ ਬਹੁਤ ਜਲਦੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੇ ਜਾਵਾਂਗੇ ਇਸ ਮੂਵੀ ਦੇ ਸ਼ੋਅ ਟਾਈਮ ਤੇ ਕਿਹੜੇ ਥੀਏਟਰ ਦੇ ਵਿੱਚ ਲੱਗਣ ਜਾ ਰਹੀ ਆ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਵਾਂਗੇ ਸਰਗਨ ਜੀ ਜਾਣ ਵੇਲੇ ਕੁਝ ਸਾਡੇ ਖਾਸ ਸਰੋਤਿਆਂ بس ਕੁਛ ਨਹੀਂ ਜੀ ਸਿਰਫ ਇੰਨਾ ਕਹੋ ਕਿ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ ਫੈਮਿਲੀ ਫਿਲਮਾਂ ਈਜ਼ੀ ਗੋਇੰਗ ਫਿਲਮਾਂ ਤੁਹਾਨੂੰ ਟ੍ਰੇਲਰ ਪਸੰਦ ਆਏ ਬਾਣੇ ਪਸੰਦ ਆਏ ਤਾਂ ਜ਼ਰੂਰ ਬਿਲਕੁਲ ਜੀ ਔਰ ਇਸ ਤੋਂ ਬਿਨਾ ਅਜੀ ਜੀ ਤੁਸੀਂ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋ ਸਾਡੇ ਸਰੋਤਿਆਂ ਨੂੰ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਫੈਮਿਲੀ ਫਿਲਮ ਹੈ ਫੈਮਿਲੀ ਐਂਟਰਟੇਨਰ ਹੈ ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਜਾ ਕੇ ਇੰਜੋਏ ਕਰ ਸਕਦੇ ਆ ਤੇ ਤੁਸੀਂ ਵਾਰ-ਵਾਰ ਦੇਖੋਗੇ ਤਾਂ ਵੀ ਤੁਸੀਂ ਬੋਰ ਨਹੀਂ ਹੋਵੋਗੇ ਇਨੀ ਲਾਈਟ ਹਾਰਟਡ ਹਿਊਮਰ ਹੈ ਬਹੁਤ ਵਧੀਆ ਕਾਮੇਡੀ ਕਾਮਿਕ ਸਿਚੁਏਸ਼ਨਸ ਹੈ ਤੇ ਤੁਸੀਂ 19 ਮਈ ਨੂੰ ਸਿਦਜ਼ ਆਫ ਸਾਊਥ ਹਾਲ ਦੇਖਣ ਜਾਓ ਬਿਲਕੁਲ ਜੀ ਅਸੀਂ ਬੇਸਬਰੀ ਦੇ ਨਾਲ ਇਸ ਮੂਵੀ ਦਾ ਇੰਤਜ਼ਾਰ ਕਰਾਂਗੇ ਔਰ ਇਸ ਮੂਵੀ ਦੇ ਸ਼ੋਅ ਦੀ ਟਾਈਮਿੰਗਸ ਮੈਂ ਸਾਡੇ ਸਰੋਤਿਆਂ ਨੂੰ ਦੱਸਦਾ ਰਾਵਾਂਗਾ ਤੇ ਸਾਰੇ ਵੀ ਨੀਪੈਕ ਦੇ ਸਰੋਤੇ ਸਾਡੇ ਰੇਡੀਓ ਧਮਾਲ ਦੇ ਸਰੋਤੇ ਇਸ ਮੂਵੀ ਨੂੰ ਜ਼ਰੂਰ ਦੇਖਣ ਜਾਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਸਮਾਂ ਦੇਣ ਦੇ ਲਈ ਰੇਡੀਓ ਧਮਾਲ ਨੂੰ ਥੈਂਕ ਯੂ ਸਰਗਨ ਥੈਂਕ ਯੂ ਅਜੀਤ ਜੀ ਥੈਂਕ ਯੂ ਥੈਂਕ ਯੂ ਸੋ ਮਚ